ਜਰਾ ਭਾਈਏ ਕਿ ਯੋਧੇ ਸਮਾਗਮ ਦਾ ਤੇ ਚਲੋ ਹਾਲੇ ਤੱਕ ਮੈਨੂੰ ਲੱਗਦਾ ਮੇਰੇ ਖਿਆਲ ਨਾਲ ਪਾ ਜੋ ਇਧਰ ਲਾਈਵ ਜੁੜ ਗਏ ਤੇ ਉਹ ਚੱਲੇਗਾ ਮੈਨੂੰ ਲੱਗਦਾ ਲੰਬਾਈ ਕਾ ਮੁੱਦਲੇ ਪਾਸੇ ਤਾਂ ਪਰ ਗੱਲ ਇਹ ਕਿ ਮੋਦੀ ਸਾਹਿਬ ਵੀ ਆਏ ਉੱਥੇ ਅੱਜ ਮੋਦੀ ਸਾਹਿਬ ਵੀ ਸਪੀਚ ਦੇ ਕੇਗੇ ਮੈਂ ਸੁਣ ਰਿਹਾ ਸੀ ਕੁਝ ਕੁ ਇੱਕ ਦੋ ਚੈਨਲ ਕਹ ਰਹੇ ਸੀ ਕਿ ਮੋਦੀ ਸਾਹਿਬ ਤਾਂ ਅੱਜ ਬੋਲੇ ਹੀ ਬੜਾ ਕਹਿ ਲੋ ਕਿ ਭਾਈ ਇਹਨਾਂ ਦਾ ਧਮਖਮ ਨਾ ਬੋਲੇਗੇ ਕਿ ਬਹੁਤ ਉਹਨਾਂ ਨੂੰ ਬڑا ਕਹਿੰਦੇ ਕਿ ਕੈਂਪ ਪਾਸ਼ਨ ਸੀਗਾ ਚਲੋ ਉਹ ਸਪੀਚ ਦੇ ਵਿੱਚ ਤਾਂ ਵੈਸੀ ਮਾਰਨੇਗੇ ਪਰ ਗੱਲ ਆਪਾਂ ਉਸ ਤੋਂ ਅਗਲੀ ਤਿਆਜੀ ਹੁਣ ਕਿ ਬਾਈ ਹੁਣ ਮੰਦਰ ਤੋਂ ਬਾਅਦ ਅਗਲੀ ਮੂਵ ਆ ਜਿਹੜੀ ਉਹ ਕਿਹੜੀ ਹੋ ਸਕਦੀ ਹੈ ਕਿਉਂਕਿ ਉਧਰਲੇ ਪਾਸੇ ਨੂੰ ਘਾਣੀ ਜਾ ਕੇ ਜੁੜਨੀ ਹੈ ਜਾਂ ਤਾਰਾ ਉਧਰਲੇ ਪਾਸੇ ਨਹੀਂ ਜਾ ਕੇ ਜੁੜਨਾ ਕਾ ਨਹੀਂ ਪ੍ਰਧਾਨ ਮੰਤਰੀ ਪਰਸੋ ਰੋਕੇ ਵੀ ਆਇਆ ਲੋਕਾਂ ਦੇ ਸਾਹਮਣੇ ਰੋ ਵੀ ਪਿਆ ਸੀ ਅੱਛਾ ਜੀ ਹੁਣ ਅੱਜ ਉਹਨਾਂ ਨੇ ਇਸ ਤਰ੍ਹਾਂ ਦਾ ਬਈ ਭਾਸ਼ਣ ਬੰਨਿਆ ਇਸ ਤਰ੍ਹਾਂ ਦਾ ਭਾਸ਼ਣ ਬੰਨਿਆ ਜੀ ਕਿ ਲੋਕਾਂ ਨੂੰ ਸੱਚੀਓਂ ਚਾਦ ਦਿੱਤਾ ਗਿਆ ਕਿਉਂਕਿ ਮੀਡੀਆ ਲੱਗਾ ਹੋਇਆ ਮੀਡੀਆ ਤੇ ਮਤਲਬ ਕਿ ਕਹਿੰਦਾ ਵੀ ਮੋਦੀ ਵਰਗਾ ਤਾਂ ਅਨੁਸ਼ਟਾਨ ਕੋਈ ਕਰ ਹੀ ਨਹੀਂ ਸਕਦਾ ਜੀ 11 ਦਿਨ ਉਹਨਾਂ ਦੇ ਬਾਰ-ਬਾਰ ਕਿ ਕੱਲਾ ਧਾਰੀਅਲ ਜੂਸ ਤੇ ਇਹ ਠੀਕ ਵੈਸਾ ਹੀ ਆ ਉਹ ਜਿਹੜਾ ਹੈਗਾ ਨਹੀਂ ਕਿਮ ਜਾਊਗਾ ਉਹਨੂੰ ਜੀ ਉਹਦੇ ਬਾਰੇ ਉਹਨਾਂ ਦਾ ਮੀਡੀਆ ਕਈ ਵਾਰ ਮੀਡੀਆ ਜਿਹੜਾ ਉਹ ਕਹਿੰਦਾ ਹੈ ਕਿ ਇਹਦੇ ਹੱਕ ਦਾ ਮੁੱਦਾ ਵੀ ਨਹੀਂ ਸਾਡਾ ਰੀਡਰ ਤੇ ਓਹੋ ਮਤਲਬ ਆਊਟਗoing ਬੰਦ ਬੰਦਾ ਸਾਰਾ ਕੁਛ ਜੀ ਇਹ ਇਹ ਹਾਲੋ ਬਣਿਆ ਪਿਆ ਹਜ਼ੂਰ ਅਖੇ ਜੀ ਇਹ 3 ਸਾਲ ਦੀ ਉਮਰ ਚ ਗੱਡੀ ਚਲਾਉਣ ਲੱਗ ਪਿਆ ਹੈ ਚਲੋ ਉਹ ਇੱਥੇ ਵੀ ਤੇ ਹਾਂ ਮੈਂ ਛੋਟਾ ਹੁੰਦਾ ਮਗਰ ਮੱਚ ਫੜ ਲਿਆ ਸੀ ਪ੍ਰਧਾਨ ਮੰਤਰੀ ਕਿਸੇ ਗੱਲੋਂ ਪਿੱਛੇ ਥੋੜੀ ਰਹਿਣਾ ਇਹਨਾਂ ਨੇ ਮਤਲਬ ਕਿ ਹੁਣ ਜੇ ਤੁਸੀਂ ਅੱਜ ਵੇਖੋਗੇ ਤਾਂ ਜਿਹੜੇ ਐਂਕਰ ਆ ਉਹ ਕੋਈ ਕਵਰੇਜ ਥੋੜੀ ਕਰ ਅੱਛਾ ਕਵਰੇਜ ਤੋਂ ਚੇਤਾ ਆ ਗਿਆ ਮੈਂ ਮੈਂ ਇੱਕ ਚੀਜ਼ ਹੋਰ ਦੇ ਕੇ ਜੀ ਵੇਖੋ ਕਿਸ ਤਰ੍ਹਾਂ ਜ਼ਮੀਰਾ ਮਰਦੀਆਂ ਨੇ ਜੀ ਕਿਸ ਤਰ੍ਹਾਂ ਇਹ ਲੋਕ ਦਰਬਾਰੀ ਬਣ ਜਾਂਦੇ ਆ ਸਰਕਾਰੀ ਬਣ ਜਾਂਦੇ ਆ ਸਰਕਾਰਾਂ ਦੇ ਚਾਕਰ ਬਣ ਜਾਂਦੇ ਆ ਜਿਸ ਦਿਨ ਬਾਬਰੀ ਮਸਜਿਦ ਢਾਈ ਗਈ ਨਾ ਅੱਜ ਤੱਕ ਕਲੇ ਜਿਹੜੇ ਇੰਡੀਆ ਟੂਡੇ ਗਰੁੱਪ ਵਾਲੇ ਜੀ ਇਹਨਾਂ ਦਾ ਟਾਈਟਲ ਸੀਗਾ ਕਿ ਦੇਸ਼ ਸ਼ਰਮਸਾਰ ਹੈ ਮਤਲਬ ਕਿ ਜੋ ਹੋਇਆ ਦੇਸ਼ ਸ਼ਰਮਸਾਰਾ ਉਹਦੇ ਨਾਲ ਜੀ ਕੱਲ ਇੱਕ ਮੈਂ ਦੇਖ ਰਿਹਾ ਸੀ ਫੋਟੋ ਇਹਨਾਂ ਦੀ ਜਿਹੜੀ ਉਹ ਵੈਨ ਗਈ ਹੈ ਕਵਰੇਜ ਵਾਸਤੇ ਜੀ ਜੀ ਉਹਨੂੰ ਭਗਮਾ ਬਣਾ ਕੇ ਉੱਤੇ ਲਿਖਿਆ ਸੀਗਾ RAM ਆਉਣਗੇ ਜੀ ਸਵਾਲ ਉੱਠਦਾ ਕਿ RAM ਗਏ ਕਿੱਥੇ ਸਨ ਜੀ RAM ਤੇ ਜ਼ਰੇ ਜ਼ਰੇ ਚੁੰਦੇ ਆ ਮਤਲਬ ਕਿ মিডিਆ ਦਾ ਨਿਗਾਰ ਵੇਖੋ ਅੱਛਾ ਰਾਮਈ ਮਹਾਲ ਬਣਾ ਦਿੱਤਾ ਗਿਆ ਪ੍ਰਸਾਰਣ ਹੁਣ ਵੇਖੋ ਗੱਲ ਇਹ ਆ ਕਿ ਜਿਹੜਾ ਇੱਕ ਫਰਕ ਹੁੰਦਾ ਹੈ ਧਰਮ ਨਿਰਪੱਖਤਾ ਵਾਲਾ ਹਾਲਾਂਕਿ ਵੈਸਟਰਨ ਦੇ ਧਰਮ ਨਿਰਪੱਖਤਾਵਾਦ ਨੂੰ ਜੇ ਤੁਸੀਂ ਦੇਖੋਗੇ ਤਾਂ ਇੱਥੋਂ ਵਾਲਾ ਬਿਲਕੁਲ જુਦਾ ਨਜ਼ਰ ਆਏਗਾ ਪਰ ਜੋ ਸਾਡੇ ਇੱਥੇ ਮਾੜਾ ਮੋਟਾ ਸੀ ਉਹ ਖਤਮ ਕਰ ਦਿੱਤਾ ਗਿਆ ਜੀ ਮਤਲਬ ਸਰਕਾਰੀ ਮਸ਼ੀਨਰੀ ਝੋਕ ਦਿੱਤੀ ਗਈ ਇੱਥੋਂ ਤੱਕ ਕਿ ਹਸਪਤਾਲਾਂ 'ਚ ਛੁੱਟੀ ਦਾ ਐਲਾਨ ਹੋ ਗਿਆ ਲੋ ਕਰ ਲੋ ਗੱਲ ਇਹ ਕੋਈ ਅੱਛਾ ਸੁਪਰੀਮ ਕੋਰਟ ਦਾ ਫੈਸਲਾ ਕੀ ਸੀ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਮੰਦਰ ਦੇ ਨਿਰਮਾਣ ਵਾਸਤੇ ਕੇਂਦਰ ਸਰਕਾਰ ਜਾਂ ਟਰਸਟ ਬਣਾਏਗਾ ਹਾਂਜੀ ਗੱਲ ਇਹ ਹੋਈ ਸੀ ਜਿਹੜਾ ਫੈਸਲਾ ਐ ਸੀ ਇਹੋ ਹੀ ਸੀ 19 ਚੈ ਸੀ ਜਾਰੀ ਇਸ ਤਰ੍ਹਾਂ 19 ਹਾਂਜੀ ਬਈ ਸਿਰਫ ਇਹਨਾਂ ਦੀ ਭੂਮਿਕਾ ਇਹ ਆ ਕਿ ਇਹਨਾਂ ਨੇ ਟਰਸਟ ਬਣਾਉਣਾ ਤਾਂ ਤੁਸੀਂ ਹਿਸਾਬ ਲਾ ਲਓ ਜੀ ਕਿ ਗਾਂ ਇਹ ਮਾਹੌਲ ਕੀ ਬਣਾ ਦਿੱਤਾ ਯਾਨੀ ਸਰਕਾਰ ਸਿੱਧੀ ਮਤਲਬ ਮਾਹੌਲ ਨੂੰ ਬਣਾਉਣ ਵਾਸਤੇ ਛੁੱਟੀਆਂ ਕਰ ਰਹੀ ਹੈ ਜੀ ਇੱਥੋਂ ਤੱਕ ਹਸਪਤਾਲਾਂ 'ਚ ਛੁੱਟੀ ਫਿਰ ਫਰਵੋਦ ਹੋਇਆ ਕਿ ਭਾਈ ਤਾਂ ਬਹੁਤ ਜ਼ਿਆਦਾ ਸਮੱਸਿਆ ਆ ਜਾਏਗੀ ਮਰੀਜ਼ਾਂ ਵਾਸਤੇ ਫਿਰ ਉਹ ਹੁਕਮ ਵਾਪਸ ਲਿਆ ਜੀ ਕਿਤੇ ਮਾਸ ਤੇ ਵਿਕਰੀ ਰੋਕ ਕਿਤੇ ਸ਼ਰਾਬ ਤੇ ਵਿਕਰੀ ਰੋਕ ਮਤਲਬ ਕਿ ਇਸ ਤਰ੍ਹਾਂ ਬਣਾ ਦਿੱਤਾ ਗਿਆ ਕਿ ਯਾਰ ਇਹ ਤਾਂ ਭਈ ਮੋਦੀ ਸਾਹਿਬ ਜੋ ਕਰ ਰਹੇ ਹੈ ਨਾ ਤੁਸੀਂ ਸਾਰੇ ਕੰਮ ਰੋਕ ਕੇ ਨੂੰ ਵੇਖਣਾ ਹੈ ਜੀ ਵੇਖਣਾ ਹੀ ਵੇਖਣਾ ਮਾਹੌਲ ਵੇਖ ਲਓ ਤੁਹਾਡੇ ਸਾਹਮਣੇ ਮੋਦੀ ਆਪਣੇ ਆਪ ਨੂੰ ਇਹਦੇ ਵਿੱਚੋਂ ਕਹ ਲਓ ਕਿ ਬਚਾ ਰਿਹਾ ਇਸ ਮਾਹੌਲ ਦੇ ਵਿਹਾਰ ਤੇ ਨਾ ਇਹਦੇ ਆਧਾਰ ਤੇ ਉਹ ਆਪਣੇ ਆਪਣੀ ਮਤਲਬ ਕਿ ਸੱਤਾ ਬਚਾ ਰਿਹਾ ਜੀ ਕਿ ਸੱਤਾ ਬਚੀ ਰਵੇ ਮਾਹੌਲ ਇਸ ਤਰ੍ਹਾਂ ਦਾ ਬਣਿਆ ਜਾਵੇ ਕਿ ਪੂਰੀ ਦੁਨੀਆ ਚ ਇਹ ਜਿਹੜਾ ਰਾਮ ਮਈ ਮਾਹੌਲ ਆ ਉਹਦਾ ਪ੍ਰਚਾਰ ਹੋਵੇ ਪਸਾਰ ਹੋਵੇ ਤੇ ਜਿਵੇਂ ਇੱਕ ਸਟੱਡੀ ਵੀ ਮੈਂ ਪੜ੍ਹੀ ਸੀ ਕਿ ਪਿੱਛੇ ਜੇ ਜੀ ਕਿ ਜੋ ਭਾਜਪਾ ਦਾ ਵੋਟਰ ਹੈ ਨਾ ਸੋ 51 ਫੀਸਦੀ ਉਹਦੇ ਚੋਂ ਨਿੱਤ ਮੰਦਿਰ ਜਾਣ ਵਾਲਾ ਵੋਟਰ ਹੈ ਅੱਛਾ ਜੀ ਹਾਂਜੀ ਧਾਰਮਿਕ ਵੋਟਰ ਜੀ ਤਾਂ ਇਹਨਾਂ ਨੇ ਤਾਂ ਹੁਣ ਮਤਲਬ ਕਿ ਉਹਦੇ ਤੋਂ ਵੀ ਗਾਂ ਨਾਲ ਜਿਹੜੇ ਕੁਝ ਕਹ ਲੋ ਕਿ ਬੇਲੜ ਕੇ ਸਮਦੇ ਕੁਝ ਚੋਰ ਚੱਕੇ ਵੀ ਉਹ ਵੀ ਲੈ ਜਾਂਦੇ ਨੇ ਉਹ ਹੱਥਾਂ 'ਚ ਝੰਡੇ ਫੜ ਕੇ ਜੀ ਨਾਰੇ ਲਾ ਰਹੇ ਆ ਜਾਂ ਲਵਾ ਰਹੇ ਆ ਭਖਾਰੀਆਂ ਨੂੰ ਝੰਡੇ ਤੱਕ ਫੜਾ ਦਿੱਤੇ ਗਏ ਜੀ ਭਗਵੇਂ ਝੰਡੇ ਦਿੱਲੀ 'ਚ ਵੇਖੋ ਤੁਸੀਂ ਜੀ ਮਤਲਬ ਕਿ ਉਹ ਹੁਣ ਵੋਟਰ ਤੇ ਸੀਗਾ ਹੀ ਸੀਗਾ ਨਾਲ ਆ ਜਿਹੜਾ ਲਟੋਰਾ ਦਾ ਇੱਕ ਟੋਲਾ ਉਹ ਵੀ ਆਰ ਆਲੇ ਆ ਤਾਂ ਉਹਦੇ ਜੋ ਮੋਦੀ ਸਾਹਿਬ ਆਪਣੀ ਸੱਤਾ ਬਚਾਉਣ ਲਈ ਤਤ ਪਰ ਨਜ਼ਰ ਆ ਰਹੇ ਨੇ ਜੀ ਹੁਣ ਜਿਹੜੀ ਗੱਲ ਇੱਕ ਵੱਡਾ ਸਵਾਲ ਆ ਕਿ ਕੀ ਇਸ ਮਾਹੌਲ ਮਤਲਬ ਕਿ ਐਸਾ ਮੂਵ ਚਲਾਇਆ ਜਾਏਗਾ ਕਿ ਮੋਦੀ ਸਾਹਿਬ ਇਸ ਮਾਹੌਲ ਨੂੰ ਗਰਮ ਹੀ ਰੱਖਣਗੇ ਜੀ ਮਤਲਬ ਕਿ ਇਲੈਕਸ਼ਨ ਤੱਕ ਇਸ ਨੂੰ ਠੰਡਿਆ ਨਹੀਂ ਹੋਣ ਦਿੱਤਾ ਜਾਏਗਾ ਜੀ ਪਰ ਇਹ ਆਪਾਂ ਨੂੰ ਪਤਾ ਹੈ ਇਹ ਆਪਾਂ ਨੂੰ ਪਤਾ ਹੈ ਕਿ ਲੋਕ ਜਿਹੜੇ ਹੁੰਦੇ ਨੇ ਬਹੁਤ ਜਲਦੀ ਭੁੱਲ ਜਾਂਦੇ ਨੇ ਜੀ ਬਹੁਤ ਜਲਦੀ ਹਾਲੇ ਸਮਾਂ ਇਲੈਕਸ਼ਨ ਅਜੇ ਤੇ ਫਿਰ ਖਾਸਾ ਪਿਆ ਜੀ ਹੁਣ ਜਿਹੜੀ ਚਰਚਾ ਹੈ ਦਿੱਲੀ ਚ ਉਹ ਇਹ ਆ ਮਾਨ ਸਾਹਿਬ ਕਿ ਨਰਿੰਦਰ ਮੋਦੀ ਕਿਤੇ ਨਾ ਕਿਤੇ ਸੰਭਾਵੀ ਤੌਰ ਤੇ ਵੀ ਇਲੈਕਸ਼ਨ ਪਹਿਲਾਂ ਕਰਵਾ ਸਕਦੇ ਆ ਅੱਛਾ ਜੀ ਵੀ ਤਾਂ ਕਿ ਉਹ ਪ੍ਰਭਾਵ ਆ ਜਿਹੜਾ ਉਹ ਠੰਡਾ ਲਪੜਾ ਠੰਡਾ ਪਵੇ ਨਾ ਇਨਕੈਸ਼ ਕਰ ਲਿਆ ਜਾਵੇ ਸਟੇਰੀਆ ਤਾਂ ਸਾਰਾ ਬਣਾ ਦਿੱਤਾ ਗਿਆ ਨਾ ਸਾਰਾ ਮਾਹੌਲ ਤੇ ਬਣ ਗਿਆ ਵੀ ਤਤੇ ਤਤੇ ਜਣ ਕੰਮ ਹੈ ਜਿਹੜਾ ਦਬਦਿਆ हां बे लोहा गर्मियां लाल है जी ਤੇ ਚੱਕ ਕੇ ਥੋੜਾ ਮਾਰ ਦਿਓ ਹੁਣ ਇਹ ਪਤਾ ਨਹੀਂ ਹੋਏਗਾ ਕਿ ਨਹੀਂ ਹੋਏਗਾ ਕੁਝ ਜਿਹੜੇ ਸਿਆਸੀ ਪੰਡਤ ਹੈ ਉਹ ਤੇ ਇਸ ਕੱਲ ਦਾ ਵੀ ਸੰਕੇਤ ਦਈ ਜਾਂਦੇ ਆ ਕਿ ਸ਼ਾਇਦ 1 ਫਰਵਰੀ ਵਾਲਾ ਜਿਹੜਾ ਇੰਟਰਮ ਬਜਟ ਆ ਕਿਉਂਕਿ ਐਤ ਕੀ ਪੂਰਨ ਬਜਟ ਤੇ ਹੋਣਾ ਹੀ ਨਹੀਂ ਹੈ ਨਾ ਜੀ 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 ਜੂਨ ਕੋ ਤੱਕ ਸਾਬ ਕਿਤਾਬ ਵਾਲਾ ਹੀ ਆਏਗਾ ਜੀ ਕਿ ਉਸ ਬਜਟ ਦੀ ਪੇਸ਼ਕਾਰੀ ਤੋਂ ਬਾਅਦ ਕਿਸੇ ਵੇਲੇ ਵੀ ਮੋਦੀ ਸਾਹਿਬ ਲੋਕ ਸਭਾ ਨੂੰ ਪੰਗ ਕਰ ਸਕਦੇ ਆ ਕਿਸੇ ਵੇਲੇ ਵੀ ਕਿਉਂ ਕਿਉਂਕਿ ਮੋਦੀ ਸਾਹਿਬ ਨੂੰ ਇਸ ਗੱਲ ਦਾ ਇਲਮ ਹੈ ਕਿ ਹੁਣ ਇਹ ਜਿਹੜਾ ਰਾਮਮਈ ਮਾਹੌਲ ਆ ਇਹਦਾ ਰੰਗ ਉਤਰ ਨਹੀਂ ਉਤਰਨਾ ਅਗਾਹ ਜਾ ਕੇ ਕਿਉਂ ਨਾ ਇਸ ਪੀਕ ਸਟੇਜ ਤੇ ਵੈਸੇ ਵੀ ਤੁਹਾਨੂੰ ਪਤਾ ਹੀ ਹੈ ਨਾ ਕਿ ਮੋਦੀ ਸਾਹਿਬ ਦੀ ਇੱਕ ਆਦਤ ਹੈ ਬੜੇ ਚੁਲਬੁਲੇ ਨੇ ਇਹਨਾਂ ਨੂੰ ਲੋਕਾਂ ਨੂੰ ਸਰਪ੍ਰਾਈਜ਼ ਦੇ ਕੇ ਨਾ ਬੜਾ ਆਨੰਦ ਆਉਦਾ ਜੀ ਬੜਾ ਮਜ਼ਾ ਆਉਦਾ ਹੈ ਨਾ ਜੀ ਚਾਹੇ ਉਹ ਯਕਦਮ ਲੋਕਾਂ ਨੂੰ ਆਪਣੀ ਕਮਾਈ ਵਾਸਤੇ ਲਾਈਨਾਂ ਚਲਾ ਦੇ ਤੇ ਜਿਹੜੇ ਇਹਨਾਂ ਦੇ ਪਗਤ ਆ ਉਹ ਕਹੀ ਜਾਂਦੇ ਸੀ ਉਦੋਂ ਵੀ ਕਿ ਇਹ ਰਾਸ਼ਟ੍ਰਿਕ ਤੱਤ ਦਾ ਕੰਮ ਸਾਰਾ ਕਾਲਾ ਧਨ ਕੱਢ ਲੈਣਾ ਹੈ ਜੀ ਕਿਹੜਾ ਕਾਲਾ ਧਨ ਬਰਬਾਦ ਕਰ ਦਿੱਤੀ ਅਰਥਵਿਵਸਥਾ ਤੁਸੀਂ ਉਸ ਟਾਈਮ ਜੀ ਅੱਛਾ ਫਿਰ ਜੀਐਸਟੀ ਵਾਲਾ ਵੀ ਰਾਤ ਨੂੰ ਕੰਮ ਚਲਾ ਦਿੱਤਾ ਜੀ ਅੰਟਾ ਵਜਾ ਦਿੱਤਾ ਜੀ ਮਤਲਬ ਕਿ ਇਸ ਤਰ੍ਹਾਂ ਦੇ ਇਹ ਸਰਪ੍ਰਾਈਜ਼ ਦਿੰਦੇ ਰਹਿੰਦੇ ਵੈਸੇ ਟਾਸਕ ਵੀ ਤਗੜੇ ਦਿੰਦੇ ਆ ਤੁਹਾਨੂੰ ਪਤਾ ਹੀ ਹੈ ਕਰੋਨਾ ਚ ਕਹਿੰਦੇ ਥਾਲੀ ਵਜਾਓ ਪਹਿਲਾਂ ਥਾਲੀ ਵਜਾਓ ਫਿਰ ਥਾਲੀ ਵਜਾਓ ਹਾਂਜੀ ਵਜਾਈ ਚਲੋ ਤੱਲੂਕਾਂ ਦੇ ਤਾਂ ਬੈਂਡ ਹੀ ਵੱਜ ਗਿਆ ਬਾਅਦ ਚ ਤੁਹਾਨੂੰ ਪਤਾ ਹੀ ਆ ਅੱਛਾ ਹੁਣ ਇਹਨਾਂ ਨੂੰ ਇਸ ਗੱਲ ਦਾ ਪਤਾ ਆ ਕਿ ਜਦੋਂ ਇਹ ਰੰਗ ਫਿੱਕਾ ਪੈਣਾ ਸ਼ੁਰੂ ਹੋਇਆ ਜੀ ਤਾਂ ਉਸ ਵੇਲੇ ਰਾਹੁਲ ਗਾਂਧੀ ਦਾ ਰੰਗ ਜਿਹੜਾ ਹੈ ਨਾ ਉਹ ਚੜਨਾ ਸ਼ੁਰੂ ਹੋ ਜਾਏਗਾ ਕਿਉਂਕਿ ਤੁਸੀਂ ਵੇਖੋ ਨਾ ਕਿ ਹੁਣ ਵੀ ਰਾਹੁਲ ਗਾਂਧੀ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਈਡ ਲਾਈਨ ਕੀਤੀਆਂ ਜਾ ਰਹੀਆਂ ਜਾਂ ਕਰਵਾਈਆਂ ਜਾ ਰਹੀਆਂ ਜੀ ਜੋ ਮੇਨਸਟ੍ਰੀਮ ਮੀਡੀਆ ਜਿਹੜਾ ਕਿ ਗਰਕ ਚੁੱਕਾ ਕੋਈ ਧਿਆੜੀ ਹੈ ਤੇ ਕੋਈ ਫਲਾਣਾ ਹੈ ਤੇ ਕੋਈ ਫਲਾਣਾ ਹੈ ਉਹ ਜਿਹੜੇ ਐਂਕਰ ਆ ਉਹ ਨਰਿੰਦਰ ਮੋਦੀ ਸਰਕਾਰ ਦੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਹਿੱਸੇਦਾਰੀ ਕਰ ਰਹੇ ਨੇ ਇਸ ਟਾਈਮ ਜਿਹੜਾ ਮੇਨ ਮੀਡੀਆ ਉਹ ਹਿੱਸੇਦਾਰ ਬਣ ਚੁੱਕਾ ਹੈ ਜਿਸ ਨੇ ਸਵਾਲ ਕਰਨੇ ਸੰ ਜੀ ਮਤਲਬ ਕਿ ਇਹਨਾਂ ਨੂੰ ਕੋਟਾਲੇ ਕਪੜੇ ਤੱਕ ਵੀ ਜਿਹੜੇ ਆ ਨਾ ਮਨਜ਼ੂਰ ਆ ਕੋਈ ਸਵਾਲ ਹੀ ਨਹੀਂ ਹੈਗਾ ਪਰ ਕਿਉਂ ਨੂੰ ਇਵੈਂਟ ਨੂੰ ਜਿੰਨਾ ਪ੍ਰਮੋਟ ਕੀਤਾ ਜਾ ਸਕਦਾ ਇੱਥੇ ਬਿਲਕੁਲ ਤੁਹਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਆ ਤਾਂ ਹੁਣ ਇਹ ਇੱਕ ਕਿਆਸਰਾਈ ਹੈ ਹੋ ਸਕਦਾ ਕਿ ਮਤਲਬ ਕਿ ਸਾਰਾ ਕੁਝ ਜਿਹੜਾ ਉਹ ਚਰਚਾ ਦਾ ਚਰਚਾ ਹੀ ਰਹਿ ਜਾਵੇ ਹੋ ਸਕਦਾ ਹੈ ਕਿ ਇਲੈਕਸ਼ਨ ਟਾਈਮ ਤੇ ਚਲਾ ਜਾਵੇ ਪਰ ਇਸ ਗੱਲ ਦੀ ਦਿੱਲੀ ਚ ਕੱਲ ਪਰਸੋਂ ਦੀ ਬੜੀ ਚਰਚਾ ਹੈ ਕਿ ਇਲੈਕਸ਼ਨ ਜਿਹੜਾ ਉਹ ਇਹ ਤੁਰੰਤ ਕਰਾ ਸਕਦੇ ਮਤਲਬ ਕਿ ਇਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਪੀਕ ਸਟੇਜ ਹੈ ਇਹਦੇ ਵਿੱਚ ਹੀ ਇਹਨੂੰ ਸਾਰਾ ਇਨਕੈਸ਼ ਕਰ ਲੋ ਸਾਰੇ ਮਾਹੌਲ ਨੂੰ ਤੇ ਵੋਟਾਂ ਪਵਾ ਲਓ ਜੀ ਇਹ ਹੁਣ ਪਤਾ ਨਹੀਂ ਕੀ ਚर्चा ਸੱਚੋ ਹੈ ਕਿ ਕਿ ਝੂਠ ਹੋਏਗੀ ਪਰ ਇਸ ਤਰ੍ਹਾਂ ਨਰਿੰਦਰ ਮੋਦੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜੇ ਮਾਂਜੀ ਦੇ ਵਿੱਚ ਵੇਖੋ ਕਿ ਬੀਤੇ ਚ ਵੇਖੋਗੇ ਤੇ ਇਸ ਤਰ੍ਹਾਂ ਲੋਕਾਂ ਨੂੰ ਨਾ ਸ਼ੌਕ ਕਰਦੇ ਰਹੇ ਨੇ ਜੀ ਹੈਰਾਨ ਕਰ ਦਿੰਦੇ ਨੇ ਜੀ ਹੋ ਸਕਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੋਰਾ ਨਹੀਂ ਉਹਦੇ ਵਿੱਚ ਇੱਕ ਦੂਸਰਾ ਏਜੰਡਾ ਵੀ ਤਾਂ ਹੈ ਨਾ ਆਰਐਸਐਸ ਦਾ ਜਾਂ ਭਾਜਪਾ ਦਾ ਉਹ ਸੋਚੇਗੀ ਜੀ ਕਿ ਇਹਨਾਂ ਨੂੰ ਨਾਲੇ ਤੇ ਇਹ ਆ ਕਿ ਦੋ ਇਸ ਵੇਲੇ ਇਹਨਾਂ ਦੇ ਕੋਲ ਕਾਰਨ ਨੇ ਜੀ ਕਿ ਇੱਕ ਤਾਂ ਮਾਹੌਲ ਗਰਮ ਹੈ ਤੇ ਦੂਸਰਾ ਇਹ ਹੈ ਕਿ ਇੰਡੀਆ ਗੱਠ ਜੋੜ ਹਾਲੇ ਵੀ ਆਪਣੀ ਗੱਡੀ 'ਚ ਸਵਾਰ ਹੋ ਕੇ ਸੜਕ ਤੇ ਨਹੀਂ ਚੜਿਆ ਜੀ ਹਾਲੇ ਉਹ ਸਵਾਰੀਆਂ ਬੈਠਣ ਬਿਠਾਉਣ ਦੀ ਉਹ ਉਹੀ ਗੱਲਬਾਤ ਚੱਲ ਰਹੀ ਹੈ ਕਿਹੜਾ ਅੱਗੇ ਬੈਠੇਗਾ ਕਿਹੜਾ ਗੱਡੀ ਚਲਾਏਗਾ ਸਮਾਨ ਕਿੱਥੇ ਰੱਖੀਏ ਹੂੰ ਜੀ ਅਟੈਚੀ ਵਗੈਰਾ ਵੀ ਡਿੱਗੀ 'ਚ ਕਿੰਨੇ ਕੋ ਹੋਣੇ ਉਹ ਹਾਲੇ ਸਾਰਾ ਕੁਝ ਨਹੀਂ ਉਹ ਤਿਆਰੀ ਕਰ ਰਹੇ ਨੇ ਜੀ ਤੇ ਇਸ ਤਰ੍ਹਾਂ ਕਰਨ ਚ ਜੇ ਮੰਨ ਲਓ ਇਹ ਮਕਸਦ ਵੇਖੀ ਤਾਂ ਫਿਰ ਦੂਸਰਾ ਮਕਸਦ ਵੀ ਹੱਲ ਹੁੰਦਾ ਕਿ ਜਿਹੜੇ ਆਪੋਜੀਸ਼ਨ ਨੇ ਉਹਦੇ ਕੋਲ ਟਾਈਮ ਹੀ ਨਹੀਂ ਬਚੇਗਾ ਜੀ ਉਹ ਤਾਂ ਹਲੇ ਉਲਝੇ ਹੋਏ ਨੇ ਜੀ ਉਹ ਹਲੇ ਪੂਰੀ ਤਰ੍ਹਾਂ ਪਹੁੰਚਿਆ ਨਹੀਂ ਹਾਂਜੀ ਉਹਨਾਂ ਦੀ ਉਲਝਣ ਨੂੰ ਹੋਰ ਵੀ ਹੈਰਾਨ ਕਰ ਦਿਓ ਜੀ ਸੋ ਇਸ ਤਰ੍ਹਾਂ ਦਾ ਚਰਚਾ ਹੈ ਵੇਖੋ ਹੁਣ ਵੇਖੀ ਕੀ ਬਣਦਾ ਹੈ ਜੀ ਪਰ ਇਹਨਾਂ ਨੇ ਤਾਂ ਮਾਹੌਲ ਬਣਾ ਦਿੱਤਾ ਜੀ ਕੋਈ ਕਹਿੰਦਾ RAM RAJ ਆ ਗਿਆ ਜੀ ਕੋਈ ਕਹਿੰਦਾ ਤ੍ਰੇਤਾ ਯੁਗ ਆ ਗਿਆ মিডিਆ ਲਗਾ ਹੋਇਆ ਸੁਰ ਜੀ ਪੈਸਾ ਟੀਲਾ ਜੋ ਟੈਕਸ ਫੀਅਰਸ ਦਾ ਸੀਗਾ ਉਹ ਤਾਂ ਵੈਸੇ ਸਾਰੇ ਧਰਮਾਂ ਦੇ ਮਾਮਲੇਾਂ 'ਚ ਮੈਂ ਕਹੂੰਗਾ ਜੀ ਕਿ ਬੰਦ ਹੋਣਾ ਚਾਹੀਦਾ ਹੈ ਜੀ ਪਰ ਤੁਸੀਂ ਆ ਵੇਖ ਲਓ ਕਿ ਸੁਪਰੀਮ ਕੋਰਟ ਦਾ ਵੈਡਿਕ ਜਿਹੜਾ ਸੀਗਾ ਉਹ ਸਿਰਫ ਇਸ ਗੱਲ ਤੇ ਆਇਆ ਕਿ ਤੁਸੀਂ ਇੱਕ ਟਰਸਟ ਬਣਾਉਣਾ ਹੈ ਤੇ ਟਰਸਟ ਨੇਗਾ ਕੰਮ ਕਰਾਉਣਾ ਹੈ ਜੀ ਤਾਂ ਜੇ ਓਹ ਲੱਗਦਾ ਕਿ ਸਾਰਾ ਕੰਮ ਜੋ ਮਿਸਤਰੀਆਂ ਦਾ ਮਤਲਬ ਕਿ ਮਸਾਲਾ ਬਣਾਇਆ ਹੋਇਆ ਉਹਦੇ ਤੋਂ ਲੈ ਕੇ ਜੋ ఎవਰੀਥਿੰਗ ਜੋ ਕੀਤਾ ਮੋਦੀ ਸਾਹਿਬ ਨੇ ਕੀਤਾ ਪਰ ਸੱਚ ਹੈ ਠੀਕ ਹੈ ਆਰਐਸਐਸ ਕਾਮਯਾਬ ਰਹੀ ਹੈ ਹਿੰਦੂਆਂ ਨੇ ਲੜਾਈ ਲੜੀ ਹੈ ਜਿਸ ਤਰ੍ਹਾਂ ਦੀ ਹਾਲਾਂਕਿ ਆਪਾਂ ਵੇਖਿਆ ਜੇ ਇਤਿਹਾਸ ਦੇ ਪੰਨਿਆਂ 'ਚ ਜਾਓਗੇ ਬਾਬਰ ਨੇ ਮਸਜਿਦ ਬਣਾਈ ਹੈ ਉਹਦਾ ਕੋਈ ਵੀ ਪਰਮਾਨ ਨਹੀਂ ਹੈਗਾ ਜੀ ਕੋਈ ਵੀ ਪਰਮਾਨ ਨਹੀਂ ਇਤਿਹਾਸਿਕ ਦਸਤਾਵੇਜ਼ਾਂ ਦੇ ਵਿੱਚ ਜੀ ਹਰਾਮ ਮੰਦਰ ਸੀਗਾ ਕਿ ਨਹੀਂ ਸੀਗਾ ਕੋਈ ਵੀ ਇਤਿਹਾਸਿਕ ਦਸਤਾਵੇਜ਼ ਨਹੀਂ ਹੈ 1853 'ਚ ਪਹਿਲੀ ਵਾਰੀ ਇਹ ਲੜਾਈ ਜਿਹੜੀ ਸ਼ੁਰੂ ਹੁੰਦੀ ਆ ਜੀ ਜੀ ਇਹਦੇ ਕਮੈਂਟ ਵੀ ਆ ਰਹੇ ਮਿੰਟ ਵਿੱਚ ਥੋੜਾ ਅੱਗੇ ਵੀ ਤੁਹਾਨੂੰ ਦੱਸਿਆ ਹਣਾ ਜੀ ਚਲੋ ਰੈਪੀਟੀਸ਼ਨ ਹੋ ਜਾਏਗਾ ਅੱਗੇ ਵੀ ਆਪਾਂ ਇਹ ਹਿਸਟਰੀ ਦੇ ਹਵਾਲੇ ਨਾਲ ਦੱਸਿਆ ਪਰ ਹਿਸਟਰੀ ਤੇ ਪੜਦਾ ਕੌਣ ਹੈ ਜੀ ਇੱਥੇ ਹਰੇਕ ਬੰਦਾ ਹਿਸਟਰੀ ਕ੍ਰੀਏਟ ਕਰ ਰਿਹਾ ਹੈ ਹਿਸਟਰੀ ਤੁਸੀਂ ਬਾਬਰਨਾਮਾ ਲੈ ਲਓ ਅਕਬਰਨਾਮਾ ਲੈ ਲਓ ਇਸ ਤੋਂ ਇਲਾਵਾ ਹੋਰ ਕਨਿੰਗਮ ਲੈ ਲਓ ਜਿੰਨੂੰ ਮਰਜ਼ੀ ਚੱਕ ਲਓ ਯਾਰ ਜੀ ਬਹੁਤ ਕੁਝ ਹੈ ਠੀਕ ਹੈ ਨਾ ਇਬਨ ਤੂਤਾ ਜਿਹੜਾ ਸੀਗਾ ਉਹ ਉਹ ਲੈ ਲਓ ਇੱਥੋਂ ਤੱਕ ਕਿ ਜਿਹੜਾ ਸਮਕਾਲੀ ਸੀ ਉਸ ਵੇਲੇ ਤੁਲਸੀਦਾਸ ਜਿਨ੍ਹਾਂ ਨੇ ਰਾਮਚਰਿਤਮਨਸ ਲਿਖੀ ਹੈ ਜੀ ਕਿਤੇ ਵੀ ਉਹਨਾਂ ਦਾ ਹਵਾਲਾ ਨਹੀਂ ਮਿਲੇਗਾ ਤੁਹਾਨੂੰ ਇਤਿਹਾਸਕ ਫੈਕਟ ਹੈ ਜੀ ਉਸ ਵੇਲੇ ਜਿਹੜੇ ਮੌਜੂਦ ਸਨ ਜਿਨ੍ਹਾਂ ਨੇ ਲਿਖਿਆ ਸਾਰਾ ਕੁਝ ਜੀ ਤਾਂ ਕੰ ਦਾ ਮਤਲਬ ਚਲੋ ਉਹ ਵੀ ਛੱਡ ਦਿਓ ਹੁਣ ਪਰ ਇਹਨਾਂ ਨੇ ਲੜਾਈ ਲੜੀ ਗਜ਼ਬ ਦੀ ਜੀ ਇਹ ਤਾਂ ਮੰਨਣਾ ਪਊਗਾ ਅੜੇ ਰਹੇ ਅਖੀਰ ਬਣਾ ਕੇ ਹਟੇ ਜੀ ਤਾਂ ਸਭ ਤੋਂ ਵੱਡਾ ਧੰਨਵਾਦ ਤੇ ਸੁਪਰੀਮ ਕੋਰਟ ਦੇ ਜੱਜਾਂ ਦਾ ਕਰਨਾ ਚਾਹੀਦਾ ਸੀਗਾ ਜੀ ਜਿਨ੍ਹਾਂ ਨੇ ਫੈਸਲਾ ਦਿੱਤਾ ਜੀ ਤੇ ਫੈਸਲੇ ਚ ਵੀ ਆ ਚੀਜ਼ਾਂ ਨਹੀਂ ਜੇ ਲਿਖੀਆਂ ਕਿਤੇ ਵੀ ਜੀ ਇਹਨਾਂ ਨੂੰ ਕੋ ਕੱਢ ਕੇ ਦਿਖਾ ਦੇਣ ਜੀ ਜਿਹੜੀਆਂ ਗੱਲਾਂ ਤੇ ਆਪਾਂ ਕਰ ਰਹੇ ਹਾਂ ਕਿ ਇਤਿਹਾਸਿਕ ਫੈਕਟ ਪੂਛ ਹੋਰ ਹੁੰਦੇ ਆ ਪਰ ਜਜ਼ਬਾਤ ਤੁਹਾਨੂੰ ਪਤਾ ਕਿਸੇ ਹੋਰ ਤਰੀਕੇ ਨਾਲ ਜੋੜੇ ਜਾਂਦੇ ਚਲੋ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਰਾ ਜੀ ਬਣ ਗਿਆ ਸੋ ਬਣ ਗਿਆ ਪਰ ਮਸਲਾ ਇਹੀ ਆ ਕਿ ਨਰਿੰਦਰ ਮੋਦੀ ਨੇ ਨਹੀਂ ਉਹ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਜੀ ਪਰ ਸਾਰਾ ਕੁਝ ਜਿਹੜਾ ਉਹ ਨਰਿੰਦਰ ਮੋਦੀ ਨੂੰ ਕਿ ਲੋਕ ਕਿ ਪ੍ਰੋਜੈਕਟ ਕਰਕੇ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਜੀ ਕਿ ਨਰਿੰਦਰ ਮੋਦੀ ਆ ਗਿਆ ਤਾਂ ਬਸ ਰਾਮ ਰਾਜ ਹੈ ਤੇ ਉਹ ਤੇ ਹਜ਼ਾਰ ਸਾਲ ਦੇ ਭਵਿੱਖ ਦੀ ਵੀ ਗੱਲ ਕਰਦੇ ਪਏ ਅੱਜ ਜੀ ਬਹੁਤ ਕੁਝ ਉਹਨਾਂ ਦੇ ਜਿਹੜਾ ਭਾਸ਼ਣ ਹੈ ਨਾ ਜੇ ਤੁਸੀਂ ਉਹਨੂੰ ਬਰੀਕੀ ਨਾਲ ਸਮਝੋਗੇ ਤਾਂ ਬਹੁਤ ਕੁਝ ਉਹਦੇ ਵਿੱਚ ਛਿਪਿਆ ਕਿ ਇਸੇ ਇਸੇ ਕਾਰਜ ਲਈ ਉਹ ਆਪਣਾ ਸੇਹਰਾ ਜਿਹੜਾ ਉਹਦੇ 'ਚ ਸਿਰਫ ਸਾਰੇ ਆ ਤੇ ਨਾਲ ਹੀ ਵੋਟ ਅੱਜ ਤੋਂ ਹੀ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸਾਇਲੈਂਟ ਤਰੀਕੇ ਨਾਲ ਵੋਟ ਮੰਗੇ ਹੀ ਨਹੀਂ ਐ ਉਹ ਚੁੱਪੀ ਐ ਪਰ ਚੁੱਪ ਰਹਿ ਕੇ ਵੋਟ ਮੰਗਣ ਦੇ ਮਾਮਲੇ 'ਚ ਉਹਨਾਂ ਨੇ ਸ਼ੁਰੂ ਕਰਤਾ ਗਾ ਜੀ 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 ਗੱਲ ਗੱਲ ਬਿਲਕੁਲ ਠੀਕ ਆ ਤੁਹਾਡੀ ਜੀ ਇਧਰਲੇ ਪਾਸੇ ਤੋਂ ਮੈਨੂੰ ਲੱਗਦਾ ਸਾਬ ਕਾਲੋਂ ਜੀ ਆਲਮੋਸਟ ਤੁਹਾਨੂੰ ਜਵਾਬ ਮਿਲ ਗਿਆ ਹੋਵੇਗਾ ਕਹਿੰਦੇ ਸੀ ਕਿ ਬਾਈ ਜਿਹੜਾ ਮੰਦਿਰ ਢਾਉਣ ਦੀ ਗੱਲ ਸੀਗੀ ਜੀ ਉਹਦੇ ਵਿੱਚ ਵੀ ਹੁਣ ਕਹਿੰਦੇ ਕਿ 15ਵੀਂ ਸਤਾਬਦੀ ਵਿੱਚ ਤਾਂ ਆਸੀ ਕਿਤੇ ਨਾ ਕਿਤੇ ਦਾ ਜ਼ਿਕਰ ਹੋਣਾ ਹੀ ਚਾਹੀਦਾ ਸੀਗਾ ਜੀ ਕਹਿੰਦੇ ਕਿ ਜੇ ਕਿਤੇ ਢਾ ਨਹੀਂ ਹੈਗਾ ਤੇ ਜੜੀਆਂ ਇਤਿਹਾਸਿਕ ਲਿਖਤਾ ਨੇ ਉਹਦੇ ਚ 1893 ਤੱਕ ਤੁਹਾਨੂੰ ਡਿਸਪਿਊਟ ਵੀ ਨਹੀਂ ਮਿਲੇਗਾ ਕਿਤੇ ਆ 1853 ਤੱਕ ਜੀ ਕੋਈ ਡਿਸਪਿਊਟ ਨਹੀਂ ਮਿਲੇਗਾ ਤੁਹਾਨੂੰ ਜੀ ਉਸ ਤੋਂ ਬਾਅਦ ਡਿਸਪਿਊਟ ਹੋਇਆ ਉਹਦੇ ਤੇ ਆਪਾਂ ਅੱਗੇ ਗੱਲ ਕੀਤੀ ਆ ਜੀ ਜੀ ਕਿ ਬਾਬਰਨਾਮਾ ਦੇ ਪੰਨੇ ਜਿਹੜੇ ਆ ਉਹ ਗਾਇਬ ਕੀਤੇ ਗਏ ਜੀ ਫਿਰ ਇਸ ਤੋਂ ਇਲਾਵਾ ਜਿਹੜਾ ਸ਼ਿਲਾ ਲੇਖ ਆ ਜਿਹਦੇ ਤੇ ਜ਼ਿਕਰ ਆਉਂਦਾ ਮੈਂ ਤੁਹਾਨੂੰ ਉਹਦੇ 'ਚ ਵੀ ਉਹ ਸੁਸ਼ੀਲ ਜੀ ਨੇ ਸ਼ਾਇਦ ਕਿਤਾਬ ਲਿਖੀ ਆ ਉਹਦੇ ਤੇ ਮੈਨੂੰ ਨਾਂ ਭੁੱਲ ਗਿਆ ਕਿਉਂਕਿ ਪੜ੍ਹਦੇ ਨਹੀਂ ਆ ਜੀ ਜੇ ਪੜ੍ਹਦੇ ਇਹਨਾਂ ਨੂੰ ਪਤਾ ਹੋਵੇ ਇਹ ਉਤਲਾਣਾ ਸਾਰੇ ਕਿਤੇ ਇਦਾਂ ਹੀ ਕਰਦਾ ਇਹ ਜਿਹੜੇ ਬੰਦੇ ਉਹਨਾਂ ਨੇ ਬਸ ਸਿਰਫ ਤੇ ਸਿਰਫ ਮੱਥਾ ਮਾਰਨਾ ਸਾਰਿਆਂ ਦੀ ਗੱਲ ਨਹੀਂ ਕਰਦਾ ਆਸਥਾ ਦੀ ਗੱਲ ਨਹੀਂ ਕਰਦਾ ਮੈਂ ਉਹਨੂੰ ਪਾਸੇ ਰੱਖ ਕੇ ਕਿ ਜਿਨ੍ਹਾਂ ਨੇ ਕਦੇ ਉਹ ਚੀਜ਼ਾਂ ਤੇ ਧਿਆਨ ਨਹੀਂ ਦੇਣਾ ਅੱਛਾ ਇਸ ਤੋਂ ਇਲਾਵਾ ਉਹਦੇ ਜੋ ਲਿਖਿਆ ਉਹਨੇ ਇਹ ਲਿਖਿਆ ਜਿਹੜਾ ਸ਼ਿਲਾ ਲੇਖ ਉੱਥੇ ਮਿਲਿਆ ਸੀਗਾ ਫਾਰਸੀ ਚ ਸੀਗਾ ਸ਼ਾਇਦ ਉਹ ਕਿ ਉਹਦੀ ਜਿਹੜੀ ਬੰਤਰ ਹੈ ਉਹ 16ਵੀਂ ਸਦੀ ਵਾਲੀ ਨਹੀਂ ਨਾ ਹੋ ਕੇ 19ਵੀਂ ਸਦੀ ਵਾਲੀ ਆ ਮਤਲਬ ਕਿ ਸ਼ਿਲਾ ਲੇਖ ਤੇ ਵੀ ਸ਼ੱਕ ਹੈ ਜੀ ਜਿਹੜਾ ਲਾਇਆ ਗਿਆ ਜੀ ਜੀ ਤੇ ਉਹਨੇ ਬਾਕੀ ਨੇ ਬਣਾਈ ਸੀਗੀ ਆ ਕੇ ਜੀ ਤਾਂ ਮਤਲਬ ਕਿ ਬਹੁਤ ਸਾਰੀਆਂ ਲਿਖਤਾਂ ਜਿਹੜੀਆਂ ਨੇ ਉਹ ਤੁਹਾਨੂੰ ਇਸ ਤਰ੍ਹਾਂ ਦੀਆਂ ਮਿਲ ਜਾਣਗੀਆਂ ਚਲੋ ਉਹ ਤਾਂ ਹੁਣ ਪਿੱਛੇ ਰਹਿ ਗਿਆ ਬਹਿ ਬਾਤ ਦੇਖੋ ਇਤਿਹਾਸਿਕ ਫੈਕਟ ਪੈ ਰਹਣਗੇ ਜੀ ਉਹ ਆਪਣੀ ਥਾਂ ਤੇ ਆ ਜੀ ਇਹ ਇਹ ਚੀਜ਼ ਤੇ ਹੁਣ ਪਾਸੇ ਹੋ ਗਈ ਹਾਂਜੀ ਪਰ ਤੁਸੀਂ ਅੱਜ ਵਾਲਾ ਦੌਰ ਵੇਖੋ ਕਿ ਕਿਸ ਤਰ੍ਹਾਂ ਦਾ ਜੀ 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 ਕਿ ਜਿੱਥੇ ਮੀਡੀਆ ਇੱਕ ਮਹੀਨੇ ਤੋਂ ਪਿਛਲੇ ਇੱਕ ਮਹੀਨੇ ਤੋਂ ਇਸ ਦੇਸ਼ ਦੇ ਗਰੀਬ ਨੂੰ ਇਸ ਦੇਸ਼ ਦੇ ਜਿਹੜੇ ਹੋਰ ਦਰਪੇਸ਼ ਸੰਕਟ ਨੇ ਉਹਨਾਂ ਨੂੰ तमाम ਚੀਜ਼ਾਂ ਨੂੰ ਬਿਲਕੁਲ ਵਾਸ਼ ਆਊਟ ਹੀ ਕਰ ਦਿੰਦਾ ਜੀ ਸਿਰਫ ਇੱਕੋ ਇੱਕ ਮਾਮਲਾ ਜਿਹੜਾ ਮੰਤਰ 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 ਜੀ 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 ਇਧਰਲੇ ਪਾਸੇ ਤੋਂ ਬਈ ਆਪਣਾ ਐਮਪੀਜੀ ਨੇ ਐਮਪੀ ਬਰਾੜਜੀ ਮੋਗਾ ਤੋਂ ਨੇ ਗੱਜਨ ਵਾਲਾ ਤੋਂ ਕਹਿੰਦੇ ਰੋਜ਼ ਤੁਹਾਡਾ ਪ੍ਰੋਗਰਾਮ ਸੁਣੀ ਦੇ ਜੀ ਚਾਹੇ ਰਿਕੋਰਡਡ ਹੋਵੇ ਇੱਕ ਵੀਰ ਨੇ ਬਾਰੇ ਕਹਿ ਰਹੇ ਕਹਿੰਦੇ ਕਿ ਕਬੱਡੀ ਦੇ ਕਮੈਂਟਰੀ ਵੀ ਕਰਦੇ ਨੇ ਇਹ ਕਹਿੰਦੇ ਕਿ ਗੱਜਨ ਵਾਲਾ ਬਹੁਤ ਵਧੀਆ ਬਹੁਤ ਵਧੀਆ ਕਮੈਂਟੇਟਰ ਨੇ ਜੀ ਜੀ ਗੱਜਨ ਵਾਲਾ ਜੀ ਬਹੁਤ ਵਧੀਆ ਕਮੈਂਟੇਟਰ ਆ ਤੇ ਧੰਨਵਾਦ ਤੁਹਾਡਾ ਮਹਾਰਾਜ ਜੀ ਤੁਸੀਂ ਜੁੜੇ ਜੇ ਸਾਡੇ ਨਾਲ ਜੀ ਕਮੈਂਟੇਟਰ ਵੀ ਸਾਨੂੰ ਸੁਣ ਲੈਂਦੇ ਆ ਜੀ 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 ਮੇਰੇ ਖੁਦ ਇਹ ਇਹ ਤੇ ਖੁਦ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਸੁਣਦੇ ਆ ਜੀ 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 ਵਾਹਿਗੁਰੂ ਤੁਹਾਨੂੰ ਲੰਬੀਆਂ ਉਮਰਾਂ ਤੰਦਰੁਸਤੀਆਂ ਤਰੱਕੀਆਂ ਬਖਸ਼ੇ ਜੀ 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 ਉੱਪਰ ਇੱਕ ਕਮੈਂਟ ਸੀ ਪਰਮਜੀਤ ਦਾ ਉਹ ਕਹਿੰਦੇ ਸੀ ਕਿ ਕੈਨੇਡਾ ਜਾਂ ਹੋਰ ਇਧਰਲੇ ਮੁਲਕਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਵੀ ਮੰਦਿਰ ਜਿਹੜਾ ਬਣਿਆ ਨਾ ਉਥੋਂ ਦੇ ਜਿਹੜਾ ਪੈਸਾ ਸੀਗਾ ਉਹਦੇ ਵਾਸਤੇ ਉਹਦੇ ਇੰਟਰਸਟ ਨਾਲ ਹੀ ਬਣ ਗਿਆ ਕਹਿੰਦੇ ਕਿ ਬਾਈ ਮੰਦਿਰ ਇੰਨਾ ਜ਼ਿਆਦਾ ਕਹਿੰਦੇ ਕਿ ਬਾਈ ਦੇ ਲਈ ਫੰਡ ਇਕੱਠਾ ਹੋ ਗਿਆ ਹੈ ਕੁਝ ਇਸ ਤਰ੍ਹਾਂ ਦੇ ਇਫੈਕਟਮੈਂਟ ਹੋ ਜੀ ਮੈਨੂੰ ਇਹ ਤੇ ਨਹੀਂ ਪਤਾ ਜੀ ਪਰ ਹਿੰਦੂ ਮਾਂ ਸਭਾ ਦਾ ਇਹ ਕੌਦੇਦਾਰ ਕਹਿੰਦੇ ਆ ਕਿ ਮੇਰੇ ਨਾਲ ਆ ਕੇ ਕੋਈ ਬਹਿ ਜਾਵੇ 1400 ਕਰੋੜ ਦਾ ਘਪਲਾ ਹੋਇਆ ਹੈ ਫੰਡ ਇਕੱਠੇ ਚ ਜੀ ਅਦਵਿੰਦਰ ਪਾਂਡੇ ਉਹਦਾ ਨਾਮ ਜੇ ਗੂਗਲ ਤੇ ਸਰਚ ਕਰ ਲੋ ਹੁਣੇ ਤੁਹਾਨੂੰ ਲੱਭ ਜਾਣਾ ਉਹਦੀਆਂ ਜਿੰਨੀਆਂ ਮਰਜ਼ੀ ਸਟੇਟਮੈਂਟਾਂ ਉਹ ਚੰਪਤ ਰਾਏ ਦਾ ਨਾਮ ਨਹੀਂ ਲੈਂਦਾ ਕਹਿੰਦਾ ਚੰਪਤੀਆ ਇਹਨੂੰ ਜੁੱਤੇ ਮਾਰ ਕੇ ਬਾਹਰ ਕੱਢੋ ਅੱਛਾ ਜੀ ਫੰਡ ਕਿੰਨਾ ਮਿਲਿਆ ਕਿੰਨਾ ਨਹੀਂ ਮਿਲਿਆ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਕਿਸੇ ਆਸਥਵਾਨ ਨੇ ਦਿੱਤਾ ਜਾਂ ਠੀਕ ਹੈ ਨਾ ਨਹੀਂ ਦਿੱਤਾ ਉਹ ਉਹਦੀ ਸ਼ਰਤ ਆ ਬਾਈ ਜੀ ਤੇ ਜੋ ਫੰਡ ਹੋਇਆ ਉਹਦੇ 'ਚ ਵੀ ਇਲਜ਼ਾਮ ਲੱਗੇ ਨਾ ਮੈਂ ਨਾਂ ਲੈ ਕੇ ਦੱਸਿਆ ਕੋਟ ਕਰਕੇ ਜੀ ਕਿ ਤੇ ਫਿਰ ਠੱਗੀਆਂ ਠੋਰੀਆਂ ਤਾਂ ਤੁਸੀਂ ਦੇਖਿਆ ਸਰਕਾਰ ਨੇ ਖੁਦ ਪ੍ਰੈਸ ਰੀਲੀਜ਼ ਕੀਤਾ ਸੀਗਾ ਇਸ ਬਾਬਤ ਕਿ ਫਰਾਡਾਂ ਤੋਂ ਬਚੋ ਜੀ ਫਿਰ ਦੂਜੀ ਚੀਜ਼ ਜਿਹੜੀ ਹੈ ਉਹ ਇਹਦੇ 'ਚ ਹੈ ਕਿ ਜ਼ਮੀਨ ਦਾ ਘੁਟਾਲਾ ਹੋ ਗਿਆ ਇੱਥੇ ਜੀ ਕਿਸ ਤਰ੍ਹਾਂ ਲੈਂਡ ਜਿਹੜੀ ਆ ਉਹ ਮਤਲਬ ਕਿ ਲੈ ਕੇ ਕਿਸ ਤਰ੍ਹਾਂ ਮਹਿੰਗੇ ਰੇਟਾਂ ਤੇ ਗਾਂ ਵੇਚੀ ਗਈ ਆ ਜੀ ਤਾਂ ਭਾਈ ਮਤਲਬ ਕਿ ਇਹ ਚੀਜ਼ਾਂ ਹੋਈਆਂ ਨੇ ਉਹ ਸਾਰੀਆਂ ਚੀਜ਼ਾਂ ਦਰਕਨਾਰ ਨੇ ਜੀ ਇਸ ਵੇਲੇ ਉਹ ਜਿਸਨ ਦਰਕਨਾਰ ਨੇ ਬਸ ਇਸ ਵੇਲੇ ਤੇ ਇਹ ਹੈ ਕਿ ਭਾਈ ਇਹਨਾਂ ਦਾ ਬੱਸ ਹੋਵੇ ਨਾ ਮੋਦੀ ਸਾਹਿਬ ਦਾ ਆ ਜਿਹੜਾ মিডিਆ ਰੱਖਿਆ ਹੋਇਆ ਹੈ ਮੋਦੀ ਸਾਹਿਬ ਦਾ ਜੀ ਇਹ ਤੇ ਅੱਜ ਹੀ ਕਹਿ ਦੇਣ ਕਿ ਭਾਈ ਵੋਟਾਂ ਦੀ ਲੋੜ ਹੀ ਨਹੀਂ ਹੈ ਜਦੋਂ ਤੱਕ ਭਾਰਤ ਚ ਮੋਦੀ ਸਾਹਿਬ ਜਿੰਦਾ ਨੇ ਇਹਨਾਂ ਨੂੰ ਲਾਈਫਟਾਈਮ ਬਣਾ ਦਿੱਤਾ ਜਾਣਾ ਚਾਹੀਦਾ ਜੀ ਮਤਲਬ ਕਿ ਇਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਯਾਰ ਮੈਂ ਕਹਿਣਾ ਨਹੀਂ ਚਾਹੁੰਦਾ ਜੀ ਜੋ ਰਾਮ ਰਾਜ ਦਾ ਅਰਥ ਹੈ ਜੀ ਠੀਕ ਹੈ ਮੈਂ ਬਹੁਤ ਮਤਲਬ ਕਿ ਆ ਇੱਜ਼ਤ ਕਰਦਾ ਹਰ ਇੱਕ ਧਰਮ ਦੀ ਹਰ ਇੱਕ ਆਸਥਾ ਦੀ ਪਰ ਮਸਲਾ ਇਹ ਆ ਕਿ ਅੱਜ ਦੇ ਦੌਰ ਦੇ ਵਿੱਚ ਤੁਸੀਂ ਕੀ ਰਾਮ ਰਾਜ ਜੇ ਤੁਸੀਂ ਕਹਿੰਦੇ ਹੋ ਰਾਮ ਰਾਜ ਪਹਿਲੀ ਗੱਲ ਯੂਪ ਵਿੱਚ ਕੀ ਕੁਝ ਹੋ ਰਿਹਾ ਉਹ ਰਾਮ ਰਾਜ ਆ ਕਦੇ ਕਿਤੇ ਰੇਪ ਹੋ ਜਾਂਦਾ ਕਦੇ ਕਿਤੇ ਨਬਾਲਗ ਮਾਰ ਦਿੱਤੀ ਜਾਂਦੀ ਕਿਤੇ ਕੁਛ ਕਿਤੇ ਕੁਛ ਇੱਕ ਇਹ ਤਾਂ ਮੈਨੂੰ ਲੱਗਦਾ ਕਿ ਅੱਜ ਦੇ ਦੌਰ ਚ ਸੰਭਵ ਨਹੀਂ ਹੈ ਜੀ ਜੋ ਮਰਜੀ ਅਠੇ ਅਠ ਮਾਰੀ ਚਲੋ ਦੂਜੀ ਚੀਜ਼ ਇਹ ਆ ਜਿਹੜੀ ਮੈਂ ਗੱਲ ਕਹਿਣੀ ਚਾਹੁੰਨਾ ਵਾ ਜੀ ਕਿ ਰਾਮ ਰਾਜ ਦਾ ਜੇ ਜ਼ਿਕਰ ਕਰੋਗੇ ਤਾਂ ਥੇਕ ਰਾਜਾ ਹੁੰਦਾ ਹੈ ਰਾਜਾ ਜੀ ਉੱਥੇ ਫਿਰ ਡੈਮੋਕ੍ਰੈਟਿਕ ਵੋਟਾਂ ਥੋੜੀ ਪੈਂਦੀਆਂ ਨੇ ਜੀ ਉੱਥੇ ਤੱਕ ਸ਼ਾਸਕ ਹੈ ਰਾਜਾ ਜੀ ਤੇ ਉਹਦਾ ਜਿਹੜਾ ਜੋ ਵੀ ਪਰਵਚਨ ਹੈ ਉਹ ਅੰਤਮ ਹੈ ਪ੍ਰਜਾ ਵਾਸਤੇ ਜੀ ਕੀ ਐਸਾ ਕੋਈ ਕਨਸੈਪਟ ਹੋਰ ਤੁਸੀਂ ਲਿਆ ਰਹੇ ਜੀ 2024 ਚ ਜਿੱਤ ਕੇ ਤੁਸੀਂ ਇਹ ਹੋ ਸਕਦਾ ਕਿ ਐਲਾਨ ਹੀ ਕਰ ਦਿਓ ਕਿਉਂਕਿ ਕਈ ਤੇ ਜਾਂਦੇ ਕੁਝ ਇਹਨਾਂ ਦੇ ਆਗੂ ਕਿ ਇਹ ਤਾਂ ਵਿਸ਼ਨੂੰ ਦਾ ਅਵਤਾਰ ਹੈ ਨਰਿੰਦਰ ਮੋਦੀ ਨੂੰ ਵਿਸ਼ਨੂੰ ਦਾ ਅਵਤਾਰ ਕਹ ਰਹੇ ਨੇ ਉਹ ਜੀ ਹਾਂਜੀ ਕਰ ਲਓ ਮੈਂ ਕੋਈ ਵੀ ਚੀਜ਼ ਆਪਦੇ ਕੋਲੋਂ ਨਹੀਂ ਕਹਿੰਦਾ ਖਾਸ ਤੌਰ ਤੇ ਇਹੋ ਜਿਹੇ ਮਾਮਲੇ 'ਚ ਚੰਪਤ ਰਾਏ ਨੇ ਕਿਹਾ ਖੁਦ ਜੀ ਕੱਢ ਲਓ ਭਾਵੇਂ ਬਿਆਨ ਉਹਦਾ ਜੀ ਤਾਂ ਹੋ ਸਕਦਾ ਕਿ ਤੁਹਾਡਾ ਖਿਆਲ ਇਹ ਹੋਵੇ ਕਿ ਫਿਰ ਕਰ ਦਿਓ ਐਲਾਨ ਜੀ 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 ਕਿ ਮਤਲਬ ਕਿ ਇੱਕ ਲੋਕਤੰਤਰ ਦੇਸ਼ ਨੂੰ মিডিਆ ਜਿਹੜਾ ਵਿੱਚ ਰਲ ਕੇ ਕਹਿ ਰਿਹਾ ਹੈ ਕਿ ਹਾਂ ਇਹ ਤਾਂ ਬਈ ਇੱਕ ਪੱਕਾ ਸ਼ਾਸਕ ਲਾ ਦਿਓ ਬਸ ਜਿਹੜਾ ਕਿ ਜਿਹਨੂੰ ਐਲਾਨ ਦਿੱਤਾ ਜਾਵੇ ਵੀ ਇਹ ਰੱਬ ਦਾ ਰੂਪ ਹੈ ਤੁਹਾਨੂੰ ਪਤਾ ਹੈ ਸਾਇਦ ਚ ਕੀ ਹੋਇਆ ਸੀ ਜੀ ਇਸੇ ਤਰ੍ਹਾਂ ਪਾਦਰੀਆਂ ਨੇ ਇੰਨਾ ਸ਼ੋਸ਼ਣ ਕੀਤਾ ਜਨਤਾ ਦਾ ਪਹਿਲਾਂ ਹੀ ਛੱਡ ਦਿਓ ਰਾਜਾ ਨਾ ਲਾ ਕੇ ਖਾ ਪੀ ਕੇ ਕਹਿਣਾ ਕਿ ਇਹ ਰਾਜਾ ਜਿਹੜਾ ਹੈ ਜੀ ਏ ਤਾਂ ਮਤਲਬ ਕਿ ਰੱਬ ਦਾ ਰੂਪ ਹੈ ਪਰ ਜਾਲੀ ਇਹ ਜ਼ਰੂਰੀ ਹੈ ਕਿ ਤਾਂ ਫੈਸਲਾ ਮਨ ਨੂੰ ਜੀ ਤਾਂ ਹੀ ਤਾਂ ਫਿਰ ਉੱਥੇ ਤੁਹਾਨੂੰ ਪਤਾ ਹੈ ਨਾ ਪੁਨਰ ਜਾਗਰਤੀ ਲਹਿਰ ਜਨਮ ਲੈਂਦੀ ਹੈ ਜੀ ਇਹ ਗੱਲਾਂ 15ਵੀਂ 16ਵੀਂ ਸਦੀਆਂ ਨੇ ਜੀ ਤਾਂ ਮਤਲਬ ਕਿ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਤੁਸੀਂ ਲਿਜਾ ਕੇ ਦਰ ਨੂੰ ਰਹੇ ਜੀ ਬਿਲਕੁਲ ਮਿੰਟੂ ਜੀ ਇਹਦੇ ਨਾਲ ਮਿੰਟੂ ਜੀ ਇਧਰਲੇ ਪਾਸੇ ਮੈਂ ਇੱਕ ਤੋਂ ਕਮੈਂਟ ਹੈ ਜਿਹੜੇ ਲੈ ਲਾਂ ਫਿਰ ਮੈਂ ਤੁਹਾਡੇ ਵੱਲੋਂ ਵਾਪਸ ਪਰਤਣਾ ਜੀ ਇਧਰੋਂ ਜੱਸਾ ਔਜਲਾ ਜੀ ਹੈ ਜੀ ਤੇ ਇਹ ਕਹਿੰਦੇ ਜੀ অন্ਟਾਰੀਓ ਦੇ ਵਿੱਚ ਐਕਸੀਡੈਂਟ ਹੋਣ ਕਰਕੇ ਹਾਈਵੇ 11 ਆ ਜਿਹੜਾ ਉਹ ਬੰਦ ਪਿਆ ਜੀ ਤੇ ਸਾਈਡ ਤੇ ਲਾ ਕੇ ਪ੍ਰੋਗਰਾਮ ਤੁਹਾਡਾ ਸੁਣ ਰਹੇ ਆ ਨਾਲ ਦੀ ਨਾਲ ਕਹਿੰਦੇ ਜੀ ਮਿੰਟੂ ਜੀ ਆਪਣਾ ਅਨਾਉਂਸ ਵੀ ਥੋੜਾ ਕਰ ਦਿਓ ਤਾਂ ਕਿ ਦੂਸਰੇ ਜਿਹੜੇ ਟਰੱਕ ਡਰਾਈਵਰ ਅੱਬ ਇਧਰੋਂ ਪਤਾ ਲੱਗ ਸਕੇ ਜਿਹੜਾ ਕੈਨੇਡਾ ਦੇ ਵਿੱਚ ਇਹ ਜ਼ਰੂਰੀ ਨੇ ਉੱਥੇ ਤੁਹਾਨੂੰ ਪਤਾ ਅਸੀਂ ਟਾਕ ਸ਼ੋਅ 'ਚ ਜਾਈਏ ਨਾ ਕੈਨੇਡਾ ਦੇ ਵਿੱਚ ਜੀ ਕਾਲ ਇਹ ਵਧੀਆ ਗੱਲ ਹੈ ਵੈਸੇ ਜੱਡੀ ਮਰਜੀ ਜ਼ਰੂਰੀ ਖਬਰ ਚੱਲੀ ਜਾਂਦੀ ਹੈ ਜੇ ਉਹਨਾਂ ਨੇ ਮੈਸੇਜ ਪਾ ਦਿੱਤਾ ਕਿ ਵੀ ਕਾਲ ਲਓ ਜੇ ਕੋਈ ਮਤਲਬ ਕਿ ਰਸਤੇ ਬਾਰੇ ਕੋਈ ਗੱਲ ਹੈ ਜੀ ਉਹਨਾਂ ਨੇ ਨਾਲ ਦੀ ਨਾਲ ਉਹ ਕਾਲ ਜਿਹੜੀ ਉਹ ਲੈ ਲੈਣੀ ਆ ਜੀ ਜਾਂ ਜੋ ਵੀ ਉਹਨਾਂ ਨੇ ਅਨਾਉਂਸਮੈਂਟ ਹੁੰਦੀ ਹੈ ਤਾਂ ਤਾਂ ਉਸ ਬਿਹਾਵ ਤੇ ਉਹਨਾਂ ਨੇ ਕਿਹਾ ਕਿ ਉਹ ਅਨਾਉਂਸਮੈਂਟ ਕਰ ਦਿਓ ਤਾਂ ਕਿ ਕੋਈ ਹੋਰ ਕਿਤੇ ਸੁਣ ਰਿਹਾ ਹੋਵੇਗਾ ਤੁਹਾਨੂੰ ਪਤਾ ਲੱਗ ਜਾਵੇ ਜੀ 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 ਧੰਨਵਾਦ ਬਾਈ ਤੇ ਜੇ ਕੋਈ ਹੈ ਸੱਜਣ ਮਿੱਤਰ ਤਾਂ ਬਲੀ ਤੁਸੀਂ ਵੀ ਅੱਗੇ ਮੈਸੇਜ ਕਨਵੇ ਕਰ ਦਿਓ ਇਹ ਜਿਹੜਾ ਹਾਈਵੇ 11 ਹੈ ਅਨਟੋਰੀਆ ਦਾ ਤਾਂ ਉਹ ਬੰਦ ਪਿਆ ਹੋਇਆ ਬਾਈ ਤਾ ਇਸ ਕਰਕੇ ਇਸ ਤੋਂ ਬਾਅਦ ਮੈਂ ਇਧਰਲੇ ਪਾਸੇ ਨੂੰ ਅੱਗੇ ਨੂੰ ਚੱਲਦਾ ਜੀ ਉੱਪਰ ਇੱਕ ਕਮੈਂਟ ਸੀਗਾ ਜੀ ਗੁਰਧਾਨ ਜੀ ਦਾ ਉਹ ਕਹਿੰਦੇ ਜੀ ਕਿ ਮੇਰਾ ਖਾਨਪੀਣ ਦਾ ਕੰਮ ਆ ਮੇਰੇ ਕੋਲੇ ਨਾ ਕਈ ਮੁੰਡੇ ਆ ਯੂਪੀ ਦੇ ਤਿੰਨ ਚਾਰ ਮੁੰਡੇ ਉਹਨਾਂ ਨੂੰ ਪੁੱਛੋ ਵੋਟ ਕਿਨੂੰ ਪਾਉਂਗੇ ਉਹ ਕਹਣਗੇ ਯੋਗੀ ਨੂੰ ਗੱਲ ਕੀ ਹੈ ਬਸ ਗੱਲ ਇੱਕੋ ਜਿਹੀ ਪੁੱਛੀਏ ਕਿ ਮੁੱਦਾ ਕੀ ਹੈ ਮੁੱਦਾ ਕੋਈ ਨਹੀਂ ਆ ਬਸ ਮੁੱਦਾ ਇਹੋ ਮੁੱਦਾ ਹੋਰ ਕੋਈ ਮੁੱਦਾ ਨਹੀਂ ਆ ਅੱਖਾਂ ਤੇ ਪੱਟੀ ਬੰਨ ਦਿੱਤੀ ਜਾਂਦੀ ਹੈ ਜੀ 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 ਇਹ ਮਤਲਬ ਕਿ ਇਹਨਾਂ ਨੂੰ ਕੋਈ ਬਸ ਬਹੀ ਲੱਗਦਾ ਕਿ ਮੋਦੀ ਨੇ ਬਣਾ ਦਿੱਤਾ ਜੀ ਸਾਰਾ ਕੁਝ ਜੀ ਨਾ ਮੋਦੀ ਮੋਦੀ ਕੋਲ ਹੁਣ ਐਤਕੀ ਕੁਝ ਵੀ ਹੈ ਨਹੀਂ ਸੀਗਾ ਜੀ ਤਾਂ ਜਾਣ ਕੇ ਲੋਕਾਂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਨਾ ਉਹ ਰੋ ਵੀਪ ਹੁਣ ਉਹਨਾਂ ਨੇ ਬਸ ਇਹੀ ਇਹੀ ਜਿਹੜਾ ਰਾਗਿਆ ਉਲਾਪਣਾ ਜਨਤਾ ਦੇ ਵਿੱਚ ਕਿ ਵੋਟਾ ਹਾਸਲ ਕਰ ਲਈਏ ਇਸ ਵੇਲੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ RAM ਨਾਮ ਉਹਨਾਂ ਵਾਸਤੇ ATM ਦਾ ਕੰਮ ਕਰੇਗਾ ਉਹ ਜਿਹਦੇ ਚੋਂ ਵੋਟਾਂ ਨਿਕਲੀਆਂ ਜੀ 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 ਹੋਰ ਕੁਝ ਨਹੀਂ ਹੈ ਜੀ ਤਾਂ ਇਸ ਤੋਂ ਬਾਅਦ ਬਾਈ ਆਪਾਂ ਜਰਾ ਥੋੜਾ ਜਿਹਾ ਕਰਕੇ ਅੱਗੇ ਨੂੰ ਚੱਲੀਏ ਆਲਮੋਸਟ ਇਹਦੇ ਨਾਲ ਜੁੜਾ ਜੇ ਕੋਈ ਕਮੈਂਟ ਹੈਗਾ ਤਾਂ ਮੈਂ ਤੁਹਾਡਾ ਲੈ ਵੀ ਲੈਣਾ ਜੀ ਚੌਧਰੀ ਜੀ ਕਹ ਰਹੇ ਸੀਗੇ ਕਿ ਬੀਜੇਪੀ ਨੇ 220 ਤੀ ਆਉਂਦੀਆਂ ਤਾਂ ਫਿਰ ਮੋਦੀ ਸਾਹਿਬ ਦਾ ਪੀਐਮ ਬਣਨਾ ਔਖਾ ਨਿਤਨ ਗੜਕਰੀ ਹੈ ਜਿਹੜੇ ਉਹ ਫਿਰ ਗੇਮ ਚਾਉਣਗੇ ਬਾਈ ਉਹ ਤਾਂ ਪਤਾ ਨਹੀਂ ਐ ਕੀ ਬਣੇਗਾ ਉਸ ਫੇਰੇ ਸਾਰੀਆਂ ਗੱਲਾਂ ਬਾਤ ਹੈ ਤੇ ਇਹ ਹੋਇਆ ਕਿ ਜਿੱਤਣ ਵਾਸਤੇ ਮੋਦੀ ਸਾਹਿਬ ਦਾ ਪੂਰਾ ਜ਼ੋਰ ਲੱਗਾ ਪਿਆ ਕਿ ਹੈਟ੍ਰਿਕ ਮਾਰੀ ਜਾਵੇ ਕਿਸੇ ਤਰੀਕੇ ਨਾਲ ਜੀ ਉਹਦੇ ਵਿੱਚ ਸਭ ਤੋਂ ਵੱਡਾ ਉਹਨਾਂ ਦੇ ਕੋਲ ਜਿਹੜਾ ਇਸ ਵੇਲੇ ਕਹਿ ਲੋ ਕਾੜਿਆ ਉਹ ਧਰਮਦਾਈ ਆ ਜੀ 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 ਇਧਰ ਉਹ ਇਹਨਾਂ ਨੇ ਅੱਗੇ ਵੀ ਤੁਹਾਨੂੰ ਪਤਾ ਹੀ ਆ ਕਿ ਵੋਟਾਂ ਤੋਂ ਪਹਿਲਾਂ ਜਿਸ ਤਰ੍ਹਾਂ ਵੋਟਾਂ ਮੰਗੀਆਂ ਸਨ ਮੈਂ ਤੁਹਾਨੂੰ ਦੱਸਿਆ ਨਾ ਕਿ ਆਉਣ ਵਾਲੇ ਸਮੇਂ 'ਚ ਮੰਗਣ ਕੇ ਵੋਟਾਂ ਜੀ ਯਕੀਨ ਰੱਖਿਓ ਜੀ ਕਿਉਂਕਿ ਜਦੋਂ ਪਲਵਾਮਾ ਅਟੈਕ ਹੋਇਆ ਉਸ ਤੋਂ ਬਾਅਦ 에ਅਰ ਸਟ੍ਰਾਈਕ ਹੋਈ ਜੀ ਤਾਂ ਮੋਦੀ ਸਾਹਿਬ ਨੇ ਉਸ ਨਾਮ ਤੇ ਮੰਗੀਆਂ ਸੀ ਵੋਟਾਂ ਜੀ ਮੰਗੀਆਂ ਸੈਂਭੂਟਾ ਜੀ 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 ਇਧਰਲੇ ਬਸ ਸੁਰਿੰਦਰ ਕੁਮਾਰ ਜੀ ਇਹ ਕਰੇ ਜੀ ਮੋਦੀ ਜੀ 24 ਦੇ ਵਿੱਚ 400 ਪਲੱਸ ਸੀਟਾਂ ਲੈ ਕੇ ਜਾਣਗੇ ਲਾਲੀ ਸੈਣੀ ਜੀ ਕਹਿੰਦੇ ਕਿ ਭਾਈ ਕੱਟਰਵਾਦ ਨੇ ਇੱਕ ਦਿਨ ਸਾਰਾ ਕੁਛ ਜਿਹੜਾ ਉਹਦਾ ਬੁਰਾ ਹਾਲ ਕਰ ਦੇਣਾ ਜੀ ਤੇ ਇਹਦੇ ਨਾਲ ਹੀ ਇੱਕ ਵੀਰ ਦਾ ਹੋਰ ਕਮੈਂਟ ਅਜਰਾ ਮੈਂ ਉਹਨਾਂ ਦਾ ਨਾਮ ਜਰਾ ਦੇਖ ਲੈ ਕਰੇ ਜੀ ਖਬਰ ਕਰਦੇ ਮਿੰਟੀ ਜੀ ਪੂਰੀ ਟਿਕਾਕੇ ਕਰਦੇ ਸਵਾਦ ਆ ਜਾਂਦਾ ਸਾਨੂੰ ਸੁਣ ਕੇ ਜੀ ਕਹਿੰਦੇ ਕਿ ਭਾਈ ਚਲੋ ਧੰਨਵਾਦ ਤੁਹਾਡਾ ਜੀ